ਅਸਲਾਮ ਵਾਲੇਕੁਮ ਕੀ ਹਾਲ ਜੇ ਠੀਕ ਠਾਕ ਜੇ ਅਤੇ ਅੱਜ ਦਾ ਵਲੋਗ ਕਰ ਰਹੇ ਹਾਂ ਆਪਾਂ ਸ਼ੁਰੂ ਅੱਜ ਹੈਗਾ ਸੰਡੇ ਦਾ ਦਿਨ ਅਤੇ ਤਰੀਕ ਅੱਜ ਹੈ 19/9/2021 ਅਤੇ ਅੱਜ ਦੇ ਵਲੋਗ ਦੇ ਵਿੱਚ ਆਪਾਂ ਜਾ ਰਹੇ ਹਾਂ ਫੈਸਲਾਬਾਦ ਦੇ ਰੇਲਵੇ ਸਟੇਸ਼ਨ ਦੇ ਵਿੱਚ ਅਤੇ ਅੱਜ ਦਾ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਅਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਏਗਾ ਅਤੇ ਚਲੋ ਆਪਾਂ ਨਿਕਲਦੇ ਹਾਂ ਬਾਈਕ ਆਪਣੀ ਖੜ੍ਹੀ ਹੋਈ ਆ ਅਤੇ ਆਇਓ ਅਤੇ ਜਾਂਦੇ ਹਾਂ ਆਪਾਂ ਆਹ ਜਿਹੜੀ ਜਗ੍ਹਾ ਆਪਣੀ ਤੁਸੀਂ ਪਛਾਣੋ ਕਿਹੜੀ ਆ ਗੈਸ ਕਰੋ ਅਤੇ ਨਹੀਂ ਫਿਰ ਮੈਂ ਤੁਹਾਨੂੰ ਦੱਸਾਂਗਾ ਐਂਡ 'ਤੇ ਕਿਹੜੀ ਜਗ੍ਹਾ 'ਤੇ ਆਪਾਂ ਆਏ ਹੋਏ ਹਾਂ ਜਿਹੜੇ ਆਪਣੇ ਵਿਊਜ਼ ਨੇ ਉਹਨਾਂ ਨੂੰ ਪਤਾ ਹੋਏਗਾ ਆਪਾਂ ਕਿਹੜੀ ਜਗ੍ਹਾ 'ਤੇ ਆਏ ਹੋਏ ਹਾਂ ਅਤੇ ਚਲੋ ਟਾਈਮ ਲੈਪਸ ਦੇਖੋ ਅਤੇ ਬਣੇ ਰਹੋ ਨਾਲ ਹਾਂਜੀ ਅਤੇ ਜੇ ਤੁਹਾਨੂੰ ਹਾਲੇ ਤੱਕ ਨਹੀਂ ਪਤਾ ਚੱਲਿਆ ਕਿਹੜੀ ਜਗ੍ਹਾ ਵਾ ਅਤੇ ਤੁਹਾਨੂੰ ਦੱਸਦੇ ਹਾਂ ਜਿੱਥੇ ਆਪਾਂ ਵਾਕ 'ਤੇ ਆਈਦਾ ਵਾ ਉੱਧਰਲਾ ਏਰੀਆ ਵਾ ਜੇ ਵਾਕ 'ਤੇ ਆਈਦਾ ਸੁਬਹ ਟਾਈਮ ਇਹ ਵਾਲਾ ਏਰੀਆ ਵਾ ਉੱਧਰ ਦੀ ਜਾ ਰਹੇ ਹਾਂ ਉੱਥੇ ਵਲੋਗ ਸ਼ੁਰੂ ਕੀਤਾ ਸੀ ਦੋਸਤ ਨੂੰ ਲੈਣਾ ਸੀ ਅੱਜ ਦਾ ਵਲੋਗ ਜਿਹੜਾ ਆਪਣਾ ਸਾਥ ਦੇ ਰਹੇ ਨੇ ਬਾਸਤ ਭਾਈ ਨੇ ਅਤੇ ਚਲੋ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਇੱਥੋਂ ਤਕਰੀਬਨ 20 ਕਿਲੋਮੀਟਰ ਦਾ ਫਾਸਲਾ ਹੈ ਵਾ ਅਤੇ ਉੱਥੇ ਜਾ ਕੇ ਮਿਲਦੇ ਹਾਂ ਬਣੇ ਰਹੋ ਨਾਲ ਓਕੇ ਹਾਂਜੀ ਅਤੇ ਫੈਸਲਾਬਾਦ ਦੇ ਬੱਸ ਸਟੈਂਡਾਂ 'ਤੇ ਪਹੁੰਚ ਗਏ ਹਾਂ ਇਸ ਤੋਂ ਅੱਗੇ ਆਪਾਂ ਨਾਲ ਹੀ ਇੱਧਰਲੀ ਸਾਈਡ ਜਿਹੜੀ ਆ ਇੱਥੇ ਆਪਣਾ ਰੇਲਵੇ ਸਟੇਸ਼ਨ ਆ ਅੰਦਰ ਜਾਣੇ ਦਾ ਰਸਤਾ ਹਾਂਜੀ ਅਤੇ ਇੱਧਰ ਆ ਗਏ ਹਾਂ ਇੱਧਰੋਂ ਲਵਾਂਗੇ ਆਪਾਂ ਟੋਕਨ 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 ਭਾਈ ਟੋਕਨ ਨੰਬਰ ਮੋਟਰਸਾਈਕਲ ਦਾ ਕੀ ਨੰਬਰ ਹੈ ਹਾਂਜੀ 36 ਲੈਟ ਹੋ ਗਈ ਅਤੇ ਹੁਣ ਅਸੀਂ ਜਾ ਰਹੇ ਹਾਂ ਇੱਧਰਲੀ ਸਾਈਡ 'ਤੇ ਅਤੇ ਆਹ ਪੁਰਾਣਾ ਇੰਜਨ ਲੱਗਾ ਹੋਇਆ ਤੁਹਾਨੂੰ ਦੁਬਾਰਾ ਦਿਖਾਉਂਦੇ ਅੰਦਰ ਜਾਣ ਦੇ ਨਾ ਇੱਧਰ ਪਾਰਕਿੰਗ ਆ ਬਾਈਕ ਦੀ ਉੱਧਰ ਪਾਰਕ ਲਗਾਵਾਂਗੇ ਆਪਾਂ ਪਾਰਕਿੰਗ ਦੇ ਵਿੱਚ ਜਾਂਦੇ ਜਾਂਦੇ ਉਹ ਉੱਧਰਲੀ ਸਾਈਡ ਤੋਂ ਉੱਧਰਲੀ ਸਾਈਡ ਤੋਂ ਹੋ ਜਾਂਦੇ ਅੱਗੇ ਲਾ ਆਇਆ ਕਿੱਧਰ ਲਾ ਆਇਆ ਜਾ 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 ਹਾਂਜੀ ਅਤੇ ਬੱਸ ਦਵਾਈ ਜਾ ਰਹੇ ਨੇ ਆਪਣੇ ਅਤੇ ਪਾਰਕਿੰਗ ਲਗਾਉਣਗੇ ਅਤੇ ਇਹ ਕੁਛ ਆਪਾਂ ਨੂੰ ਕਾਰਡ ਮਿਲਿਆ ਪਾਰਕਿੰਗ ਵਾਲਾ ਦੇਖ ਸਕਦੇ ਹੋ ਅਤੇ ਇਹ ਪਾਰਕਿੰਗ ਅਲਾ ਕਰਤੀ ਅਤੇ ਪਹਿਲੇ ਹਾਂਜੀ ਅਤੇ ਆਪਾਂ ਆ ਗਏ ਹਾਂ ਨਮਾਜ਼ ਨੂੰ ਤਕਰੀਬਨ ਆਪਾਂ ਲੇਟ ਹੋ ਰਹੇ ਸੀ ਅਤੇ ਪਹਿਲੇ ਆਪਾਂ ਨਮਾਜ਼ ਪੜ੍ਹਾਂਗੇ ਅਤੇ ਇਨਸ਼ਾਅੱਲਾ ਫਿਰ ਤੁਹਾਨੂੰ ਰਿਵਿਊ ਕਰਾਂਗੇ ਕਿਹੜੀ ਕਿਹੜੀ ਚੀਜ਼ ਆ ਅਤੇ ਅੱਧੇ ਵਲੋਗ ਦੇ ਵਿੱਚ ਆਪਣੇ ਨਾਲ ਨੇ ਬੱਸ ਦਵਾਈ ਬੱਸ ਦਵਾਈ ਇਸ ਵਾਰ ਸੀਰੀਅਸ ਹੀ ਰਹਿੰਦੇ ਨੇ ਇਹਨਾਂ ਨੂੰ ਪਤਾ ਨਹੀਂ ਕੀ ਵਜ੍ਹਾ ਬਣੀ ਬਚਪਨ 'ਚ ਇਹਨਾਂ ਦੀ ਆਹ ਵਾਲੀ ਬੱਸ ਟੁੱਟ ਗਈ ਸੀ ਗਿਰ ਕੇ ਅਤੇ ਉਸ ਤੋਂ ਬਾਅਦ ਸੀਰੀਅਸ ਨਹੀਂ ਕਿ ਕਿਤੇ ਫਿਰ ਮੈਂ ਸ਼ਰਾਰਤਾਂ ਕੀਤੀਆਂ ਅਤੇ ਬਾਜ਼ੂ ਮੇਰੀ ਫਿਰ ਨਾ ਕਿਤੇ ਕਰੈਕ ਹੋ ਗਏ ਹਾਂਜੀ ਥਾਣਾ ਰੇਲਵੇ ਪੁਲਿਸ ਫੈਸਲਾਬਾਦ ਅਤੇ ਇੱਧਰਲੀ ਸਾਈਡ 'ਤੇ ਭਾਈ ਉਹਨਾਂ ਨੇ ਮਸਜਿਦ ਦੱਸੀ ਆ ਕਹਿੰਦੇ ਬਿਲਕੁਲ ਥਾਣੇ ਦਾ ਸਾਹਮਣੇ ਗੇਟ ਆਏਗਾ ਔਰ ਦਾਏ ਬਾਈ ਦੇਖਣਾ ਮਸਜਿਦ ਤੁਹਾਨੂੰ ਨਜ਼ਰ ਆ ਜਾਏਗੀ ਅਤੇ ਇੱਧਰ ਇੱਕ ਬੋਗੀ ਲੱਗੀ ਹੋਈ ਹੈ ਜਿਹੜੀ ਕਿ ਖਾਲੀ ਹੋ ਰਹੀ ਸਮਾਨ ਉੱਤਰ ਰਿਹਾ ਜਿਹੜਾ ਕਾਰਗੋ 'ਤੇ ਆਉਂਦਾ ਵਾ ਸਮਾਨ ਵਗੈਰਾ ਇੱਥੋਂ ਲੱਥ ਰਿਹਾ ਆਪਾਂ ਇਨਸ਼ਾਅੱਲਾ ਸਾਰਾ ਵਿਜ਼ਿਟ ਕਰਾਂਗੇ ਉਹ ਮਸਜਿਦ ਆਪਾਂ ਨੂੰ ਆ ਗਈ ਨਜ਼ਰ ਨਮਾਜ਼ ਪੜ੍ਹਾਂਗੇ ਅਤੇ ਫਿਰ ਮਿਲ ਲੈਂਦਾ ਹੁਣ
ਫੈਸਲਾਬਾਦ ਤੇ ਆਪਣਾ ਬਣਿਆ ਆ ਵਾ ਰੇਲਵੇ ਸਟੇਸ਼ਨ ਇਹ ਬਣਿਆ ਸੀ 1876 ਦੇ ਵਿੱਚ ਟੀ 76 ਬਣਿਆ ਸੀ ਅਤੇ ਟ੍ਰੇਨ ਆ ਰਹੀ ਆ ਕਰਾਕਰਮ ਆ ਰਹੀ ਆ 5 ਵਜੇ ਦਾ ਟਾਈਮ ਸੀ 5:30 ਹੋ ਗਏ ਨੇ ਤਕਰੀਬਨ ਅਤੇ ਹਜੇ ਤੱਕ ਟ੍ਰੇਨ ਨਹੀਂ ਪਹੁੰਚੀ ਹੈ ਅਤੇ ਅਸੀਂ ਇੱਧਰ ਇੰਟਰੀ ਕਰਨ ਲੱਗੇ ਸੀ ਅਤੇ ਉੱਥੇ ਉਹਨਾਂ ਨੇ ਦੱਸਿਆ ਕਿ ਅੰਦਰ ਜਾਣਾ ਮਨਾ ਵਾ ਅਤੇ ਵੀਡੀਓ ਨਹੀਂ ਬਣਾਉਣ ਦੇ ਰਹੇ ਅਤੇ ਸਾਡੇ ਉਹ ਟ੍ਰੇਨ ਆ ਗਈ ਹੋਈ ਆ ਅਤੇ ਮੁਸਾਫਰ ਦੀ ਤਾਦਾਦ ਕਾਫੀ ਆ ਅੱਧਾ ਘੰਟਾ ਲੇਟ ਹੋ ਗਈ ਹੈ ਤਕਰੀਬਨ ਦੇਖਦੇ ਹਾਂ ਹਾਂਜੀ ਅਤੇ ਇਹ ਪਲੈਟਫੋਰਮ ਟ੍ਰੇਨ ਆ ਗਈ ਆ 9047 ਇੰਜਨ ਨੰਬਰ ਇੱਥੋਂ ਜਾਏਗੀ ਕਰਾਚੀ ਜ਼ਮੀਨ ਹੀ ਰਹੀ ਹੈ ਜਿਹੜੇ ਫਸਟ ਡੱਬੇ ਹੁੰਦੇ ਆ ਇਕੋਨਮੀ ਕਲਾਸ ਹੁੰਦੇ ਆ ਜੀ ਅਤੇ ਇੱਧਰਲੀ ਸਾਈਡ 'ਤੇ ਆਬਾਦੀ ਹੈ ਤਕਰੀਬਨ ਆਪਣੀ ਬੱਕਰੀਆਂ ਵਗੈਰਾ ਚਲਾ ਰਹੇ ਨੇ ਲੋਕ ਬੱਕਰੀਆਂ ਆਪਣੀਆਂ ਹੈਂ ਜੀ ਆਹ ਬਾਈ ਦੀਆਂ ਬੱਕਰੀਆਂ ਸੀ ਜੀ ਉਹ ਕੋਇਲੇ ਵਾਲੀਆਂ ਗੱਡੀਆਂ ਖੜੀਆਂ ਜਿਹਦੇ ਵਿੱਚ ਤੇਲ ਵਾਲੀਆਂ ਜਿਹੜੀ ਵਿੱਚ ਆਉਂਦਾ ਹੀ ਆ ਕੋਇਲਾ ਵਗੈਰਾ ਆਉਂਦਾ ਵਾ ਅਤੇ ਇੱਧਰਲੀ ਸਾਈਡ 'ਤੇ ਆ ਹੁਣ ਜਿਹੜੀ ਟ੍ਰੇਨ ਜਾਣੀ ਆ ਉਹ ਖੜੀ ਹੋਈ ਆ ਨਾਲ ਨਾਲ ਚੱਲਦੇ ਹਾਂ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ ਦਿਖਾਉਂਦੇ ਤੁਹਾਨੂੰ ਹਾਂਜੀ ਅਤੇ ਆਹ ਇੱਕ ਡੱਬਾ ਕੋਈ ਬੇਕਾਰ ਖੜਾ ਜਾਂ ਵੈਸੇ ਬੰਦ ਕੀਤਾ ਹੋਇਆ ਵਾ ਲਾਹੌਰ ਤੋਂ ਆ ਰਹੀ ਆ ਅਤੇ ਜਾ ਰਹੀ ਆ ਕਰਾਚੀ ਵੱਲ ਨੂੰ ਕਰਾਕਰਮ ਕਾਫੀ ਅੱਛੀ ਸਪੀਡ ਹੁੰਦੀ ਆ ਦੇਖ ਸਕਦੇ ਹੋ ਕਾਫੀ ਲੰਬੀ ਟ੍ਰੇਨ ਆ ਦੇਖੋ ਕਾਫੀ ਐਂਡ ਤੱਕ ਜਾ ਰਹੀ ਆ ਹਾਂਜੀ ਅਤੇ ਇੱਕ ਇੰਜਨ ਖੜ੍ਹਾ ਆਪਣਾ ਸਟੀਮ ਇੰਜਨ 3078 SPS ਜਿਹੜੇ ਪਹਿਲੇ ਜ਼ਮਾਨੇ 'ਚ ਚੱਲਦੇ ਹੁੰਦੇ ਸੀ ਇੱਕ ਇੰਜਨ ਰੇਲ ਇੰਜਨ ਖੜ੍ਹਾ ਕੀਤਾ ਹੋਇਆ ਵਾ ਜਾਂ 'ਚ ਡੈਮੇਜ ਹੋ ਗਿਆ ਵਾ ਜਿਹਦੀ ਉਮਰ ਨਹੀਂ ਰਹੀ ਹੁਣ ਚੱਲਣ ਦੀ ਉਹਨਾਂ ਨੇ ਲਗਾਇਆ ਹੋਇਆ ਇੱਥੇ